ਅੱਜ ਪਤਾ ਨਹੀਂ ਕਿੰਨੀ ਕੁ ਦੂਰ ਜਾਣਾ ਸੀ ਯਾਰ, ਕਿਤੇ ਨਾ ਬਹੁਤ ਖੱਜਲ ਕਰਦੇ ਆ। ਬੈਟਰੀ ਬੰਦ ਹੋ ਗਈ ਮੇਰੇ ਫੋਨ ਦੀ। ਫੋਨ ਵੀ ਰੱਖਿਆ ਆਈਫੋਨ 7। ਫਿਰ ਕੀ ਆ, ਕਿਸ਼ਤਾਂ ਤੇ ਲਿਆਉਣਾ। ਹਾਂ, ਇੰਸ਼ੋਰੈਂਸ ਵੀ ਕਰਾਈ ਹੋਣੀ, ਕਲੇਮ ਵੀ ਕਰਨਾ ਹੋਣਾ। ਸੋਹਣਿਆ ਬਣਾਉਣੀ ਦੇ ਦਿੱਤੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ। I think ਤੁਹਾਡੀ ਗੱਡੀ ਖਰਾਬ ਹੋ ਗਈ ਹੈ। ਹਾਂਜੀ, ਇਟਸ ਓਕੇ, ਆਲ ਮੈਨੇਜ, ਇਟਸ ਓਕੇ। ਨਹੀਂ ਨਹੀਂ, ਸਮਝਦੇ ਹੁੰਦੇ ਹੋ ਤੁਸੀਂ, ਮੈਨੇਜ ਕਰੋ, ਆਲ ਲਵ ਡੂ ਇਟ। ਐਕਚੁਅਲੀ ਸਾਡੇ ਪਰਿਵਾਰ 'ਚ ਸ਼ੁਰੂ ਤੋਂ ਗੱਡੀਆਂ ਦਾ ਬਹੁਤ ਕੰਮ ਚੱਲਦਾ ਸੀ। ਮੇਰੇ ਗ੍ਰੈਂਡਫਾਦਰ, ਉਹਨਾਂ ਨੇ ਬਹੁਤ ਗੱਡੀਆਂ ਠੀਕ ਕੀਤੀਆਂ। ਤੁਸੀਂ ਨਾਮ ਸੁਣਿਆ ਹੋਣਾ ਅੰਬਾਨੀ ਆਟੋਸ। ਸੋਰੀ, ਮੈਂ ਸੁਣਿਆ ਤਾਂ ਨਹੀਂ, ਬਟ ਇਟਸ ਓਕੇ, ਮੈਂ ਕਰ ਲੂੰਗੀ। ਨਹੀਂ ਸੁਣਿਆ, ਕੋਈ ਗੱਲ ਨਹੀਂ, ਅੱਜ ਸੁਣੋਗੇ ਜੇ ਮੈਂ ਗੱਡੀ ਠੀਕ ਕਰ ਦਾਂਗਾ। ਗੱਡੀ ਇੰਨੀ ਜ਼ਿਆਦਾ ਠੀਕ ਹੋ ਗਈ ਹੈ, ਇਹ ਗੱਡੀ ਉਦੋਂ ਤੱਕ ਨਹੀਂ ਰੁਕੇਗੀ ਜਦੋਂ ਤੁਸੀਂ ਆਪ ਹੀ ਰੁਕੋਗੇ। ਇਹ ਗੱਡੀ ਪੂਰੀ ਲਾਈਫ ਟਾਈਮ ਚੱਲਦੀ ਰਹੇਗੀ, ਜਿੱਥੇ ਜਾਓਗੇ ਤੁਹਾਡੇ ਨਾਲ ਨਾਲ ਜਾਏਗੀ। ਇਹ ਗੱਡੀ ਹੁਣ ਗੱਡੀ ਨਹੀਂ ਰਹੀ, ਰੇਲ ਗੱਡੀ ਬਣ ਗਈ। ਤੁਸੀਂ ਬਹਿ ਕੇ ਦੇਖੋ, ਸਟਾਰਟ ਕਰਕੇ ਦੇਖੋ ਇੱਕ ਵਾਰੀ। ਆਮ ਪ੍ਰੀਟੀ ਸ਼ੋਰ, ਤੁਸੀਂ ਸਟਾਰਟ ਕਰਕੇ ਦੇਖੋ। ਕਿੱਥੇ ਰਹਿ ਗਏ ਸੀ ਤੁਸੀਂ? ਮੈਨੂੰ ਇੰਨੀ ਟੈਨਸ਼ਨ ਹੋ ਰਹੀ ਸੀ ਯਾਰ। ਸ਼ੁਕਰ ਕਰੋ ਵੀਰਾ ਆ ਗਿਆ, ਉਹਨੇ ਗੱਡੀ ਸਟਾਰਟ ਕਰਤੀ। ਵੀਰਾ ਵੀਰਾ ਕੁਛ ਨੀ ਯਾਰ, ਰਾਹ ਚ ਇੱਕ ਦੇਸੀ ਮਿਲ ਗਿਆ ਸੀ ਚੌਲ ਜਾ। ਇੰਨੀ ਹਵਾ ਖਰਾਬ ਆ ਨਾ ਆਪਣੇ ਬੰਦਿਆਂ ਦੀ, ਉਹਨੂੰ ਮੈਂ ਕਿਹਾ ਲਿਫਟ ਦੇ ਦੇ, ਮੈਨੂੰ 2 ਕਿਲੋਮੀਟਰ ਤੁਰ ਕੇ ਆਇਆ। ਐਵੇਂ ਉਹ ਬੰਦਾ ਮੈਨੂੰ ਟੱਕਰੇ, ਮੈਂ ਉਹਨੂੰ ਧਰਤੀ 'ਚ ਕੱਢਦਾ ਸਾਲੇ ਨੂੰ। ਬੰਦੇ ਨੇ ਭਾਜੀ ਕਈ ਲੋਕ ਐਵੇਂ ਗੁੱਸਾ ਨਹੀਂ ਕਰੀਦਾ ਹੁੰਦਾ, ਪਤਾ ਨਹੀਂ ਕੌਣ ਕਿਹੜੇ ਗੁੱਸਾ ਨਹੀਂ ਆਇਆ ਜਾਨੂੰ ਪੁੱਠੇ ਲਟਕਾ ਦੇ। ਚੱਲਨੇ ਨਾ ਗੱਡੀ ਸਟਾਰਟ ਕਰ ਯਾਰ, ਭਾਈ ਕਾਫੀ ਗੁੱਸੇ ਲੱਗਦੇ ਹੋ ਤੁਸੀਂ। ਚਲੋ ਗੱਡੀ ਠੀਕ ਹੈ, ਦੀਦੀ ਚਲੋ ਤੁਸੀਂ ਆਪਣਾ। ਦੀਦੀ ਜੇ ਹੁਣ ਕਹਿ ਹੀ ਦਿੱਤਾ ਨਾ ਰੱਖੜੀ ਦੇ ਘਰੇ ਜ਼ਰੂਰ ਆਇਓ ਵੀਰੇ, ਨੈਣਾ ਨੂੰ ਆਪਣਾ ਐਡਰੈਸ ਦੇ ਦੇ, ਠੀਕ ਹੈ? ਰੱਖੜੀ ਦੇ ਘਰੇ ਜ਼ਰੂਰ ਆਉਣਾ, ਜ਼ਰੂਰ ਆਉਣ ਵਾਲੀ ਹੈ ਰੱਖੜੀ। ਰੱਖੜੀ ਤੇ ਜਾਣਾ ਹੁਣ, ਟੋਕਰੇ ਦਿੱਤੇ ਆਣਾ, ਤੇ ਜੇ ਕੋਈ ਦੇਸੀ ਲਿਫਟ ਮੰਗੇ ਨਾ ਨਹੀਂ ਕਰਨੀ।
ਦੇਖਦਾ ਨਹੀਂ ਰਿਹਾ ਸਾਲਾ ਕੋਈ ਆਪਾਂ ਨੂੰ ਕੀ ਫਰਕ ਹੈ ਉਹ ਤੱਤੀਆ ਤਜੀਰ ਖੂਨ ਰਹਿੰਦਾ ਖੋਲਦਾ ਹੁਣ ਪੁੱਤ